20 फरवरी ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਸਰਗਰਮੀਆਂ ਨੂੰ ਤੇਜ਼ ਕੀਤਾ ਗਿਆ ਹੈ ਤਾਂ ਬਠਿੰਡਾ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿੱਚ ਪਾਰਟੀ ਦੇ ਸਾਰੇ ਵਰਕਰ ਤੇ ਅਹੁਦੇਦਾਰ ਆਪਣਾ ਆਪਣਾ ਰੋਲ ਅਦਾ ਕਰ ਰਹੇ ਨੇ ਅੱਜ ਸਾਡੇ ਨਾਲ ਜੁੜੇ ਨੇ ਜ਼ਿਲ੍ਹਾ ਪ੍ਰਧਾਨ ਅਰੁਣ ਬਧਾਵਨ ਜੀ ਗੱਲ ਕਰ ਰਹੇ ਆ ਸਰ ਕੀ ਕਹਿਣਾ ਚਾਹੋਗੇ ਸਰ ਧੰਨਵਾਦ ਤੁਹਾਡਾ ਦੂਜੀ ਗੱਲ ਇਹ ਕਹਿਣਾ ਚਾਹੂੰਗਾ ਵੀ ਬਠਿੰਡੇ ਦੇ ਵਿੱਚ ਪਹਿਲੇ 5 ਸਾਲਾਂ ਦੇ ਵਿੱਚ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਕੰਮਾਂ ਦੀ ਹਨੇਰੀ ਲਈ ਰੱਖੀ ਅਤੇ ਹੁਣ ਵੋਟਰਾਂ ਨੇ ਉਹਨਾਂ ਨੂੰ ਵੋਟ ਪਾਉਣ ਦੀ ਹਨੇਰੀ ਲਿਆਉਣੀ ਹੈ। ਮੈਂ ਕੱਲ੍ਹ ਹੀ ਸੰਜੇ ਨਗਰ, ਬਲਰਾਜ ਨਗਰ, ਬੰਗੀ ਨਗਰ, ਊਧਮ ਸਿੰਘ ਨਗਰ ਇਹ ਇਲਾਕਿਆਂ 'ਚ ਗਿਆ। ਇੱਥੇ ਬਿਲਕੁਲ ਹੀ ਇੱਕ ਪਾਸੇ ਦੀ ਹਨੇਰੀ ਝੂਲ ਰਹੀ ਹੈ ਅਮਰਪੁਰਾ, ਕਿਉਂਕਿ 96 ਕਰੋੜ ਦਾ ਪੁੱਲ ਜਿਹੜਾ ਉਹਨਾਂ ਨੇ ਬਣਾਇਆ ਜਾਂ ਉਹਨਾਂ ਨੇ ਸਕੂਲ ਬਣਾਏ ਆ ਜਿਹੜੇ ਸ਼ਹਿਰ ਦੇ ਵਿੱਚ, ਰਿੰਗ ਰੋਡ ਬਣਾਈ ਹੈ, ਮਲਟੀ ਸਟੋਰੀ ਪਾਰਕਿੰਗ ਬਣਾਈ ਹੈ, ਕੱਲ੍ਹ ਅਸੀਂ ਬਾਜ਼ਾਰ ਵੀ ਕੀਤੇ ਹੈ। ਹਰ ਇੱਕ ਬੰਦਾ ਇਹ ਗੱਲ ਕਹਿੰਦਾ ਵੀ ਬਿਲਕੁਲ ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਉਹਨੇ ਕੰਮ ਕਰਤੇ ਜਿੰਨੇ 50 ਸਾਲਾਂ 'ਚ ਨਹੀਂ ਹੋਏ, ਅਤੇ ਅਸੀਂ ਕੰਮਾਂ ਦੇ ਸਿਰ ਦੇ ਉੱਤੇ ਹੀ ਵੋਟ ਮੰਗ ਰਹੇ ਹਾਂ। ਜਿਹੜਾ ਉਹਨਾਂ ਦਾ ਸਭ ਤੋਂ ਕੱਟੜ ਵਿਰੋਧੀ ਹੈ ਉਹ ਵੀ ਲਾਸਟ 'ਚ ਕਹਿੰਦਾ ਯਾਰ ਜੀ ਤਾਂ ਉਹਨਾਂ ਨੂੰ ਵੋਟ ਪਾਉਣ ਦਾ ਕਰਦਾ ਹੈ, ਯਾਰ ਇੰਨੇ ਕੰਮ ਤਾਂ ਰੱਬ ਤੋਂ ਬਾਅਦ ਜੇ ਕੋਈ ਕਰ ਸਕਦਾ ਸਰਦਾਰ ਮਨਪ੍ਰੀਤ ਸਿੰਘ ਬਾਦਲ ਕਰ ਸਕਦਾ। ਸਰ ਜਿਸ ਤਰ੍ਹਾਂ ਚੋਣਾਂ ਦਾ ਮਾਹੌਲ ਗਰਮ ਹੈ ਤਾਂ ਪਾਰਟੀ ਪ੍ਰਤੀ ਜਾਂ ਮਨਪ੍ਰੀਤ ਬਾਦਲ ਪ੍ਰਤੀ ਲੋਕਾਂ ਦਾ ਕੋਈ ਗਿਲਾ ਸ਼ਿਕਵਾ ਹੁੰਦਾ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਬਾਈ ਜੀ, ਗਿਲੇ ਸ਼ਿਕਵੇ ਤਾਂ ਪਰਿਵਾਰਾਂ 'ਚ ਵੀ ਹੋ ਜਾਂਦੇ ਆ, ਭਰਾਵਾਂ 'ਚ ਵੀ ਹੋ ਜਾਂਦੇ ਆ। ਇਸ ਕਰਕੇ ਜਿਹੜਾ ਮੈਂ ਸਮਝਦਾ ਗਿਲਾ ਸ਼ਿਕਵਾ ਕਰਦਾ ਉਹ ਸੱਚਾ ਸੁੱਚਾ ਬੰਦਾ ਹੁੰਦਾ, ਕਿਉਂਕਿ ਗਿਲਾ ਆਪਣਾ ਉੱਥੇ ਹੁੰਦਾ ਜਿੱਥੇ ਪ੍ਰੇਮ ਹੁੰਦਾ। ਸਰਦਾਰ ਮਨਪ੍ਰੀਤ ਸਿੰਘ ਬਾਦਲ ਦਾ ਸਾਰਿਆਂ ਨਾਲ ਪ੍ਰੇਮ ਹੈ। ਜੇ ਕਿਸੇ ਗਿਲੇ ਸ਼ਿਕਵਾ ਕਿਸੇ ਨੂੰ ਹੈਗਾ, ਅਸੀਂ ਬਿਲਕੁਲ ਸਾਡੇ ਸਿਰ ਮੱਥੇ ਜਿਹੜੀ ਸਾਡੇ 'ਚ ਕਮੀ ਹੈ ਅਸੀਂ ਜ਼ਰੂਰ ਦੂਰ ਕਰਾਂਗੇ। ਕੋਈ ਪਰਮਾਤਮਾ ਤੋਂ ਬਾਅਦ ਇਨਸਾਨ ਕੋਈ ਇਹੋ ਜਿਹਾ ਨਹੀਂ ਜਿਹਦੇ 'ਚ ਕਮੀ ਨਾ ਹੋਵੇ, ਪਰ ਮੈਂ ਇਹ ਸਮਝਦਾ ਵੀ ਸਾਡੀ ਨੀਅਤ ਅਤੇ ਨੀਤੀ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਨੀਅਤ ਸਾਡੀ ਹੈਗੀ ਹੈ ਬਠਿੰਡੇ ਨੂੰ ਡਿਵੈਲਪ ਕਰਨ ਦੀ, ਨੀਤੀ ਸਾਡੀ ਹੈਗੀ ਹੈ ਪੰਜਾਬ ਨੂੰ ਅੱਗੇ ਲਿਜਾਉਣ ਦੀ। ਸਰ, ਬਠਿੰਡਾ ਸ਼ਹਿਰ ਦੇ 50 ਵਾਰਡਾਂ ਵਿੱਚ ਕਿਸ ਤਰ੍ਹਾਂ ਦਾ ਆਪਾਂ ਨੂੰ ਰਿਸਪੌਂਸ ਮਿਲ ਰਿਹਾ? ਮੈਂ ਤੁਹਾਨੂੰ ਪਹਿਲੇ ਦੱਸਿਆ ਵੀ ਜਿਹੜੇ ਜਿਹੜੇ ਇਲਾਕੇ ਕੱਲ੍ਹ ਮੈਂ ਕੀਤੇ ਹੈ ਮੈਨੂੰ ਲੱਗਦਾ ਵੀ ਬਿਲਕੁਲ ਵਿਰੋਧੀਆਂ ਦਾ ਉੱਥੇ ਸੁਪੜਾ ਸਾਫ਼ ਹੈ, ਅਤੇ ਪਰਮਾਤਮਾ ਚਾਹੂਗਾ ਵੀ ਇਹ ਜਿਹੜਾ ਵਿਕਾਸ ਪੁਰਸ਼ ਬਠਿੰਡੇ ਨੂੰ ਮਿਲਿਆ ਇਹ ਅਸੀਂ ਕਹਿੰਦੇ ਵੀ ਅਗਲੇ 20 ਸਾਲ ਸਾਡੇ ਨਾਲ ਰਹਿਣ, ਅਤੇ ਬਠਿੰਡਾ ਬਿਨਾਂ ਸ਼ਬਦ ਤੋਂ ਨੰਬਰ 1 ਪੰਜਾਬ ਦਾ ਤਾਂ ਬਣਨਾ ਹੀ ਬਣਨਾ, ਇੰਡੀਆ ਦੇ ਸਰਮੋਰ ਜ਼ਿਲ੍ਹਿਆਂ ਦੇ ਵਿੱਚ ਹੋਊਗਾ। ਸਰ, ਮੁੱਖ ਮੰਤਰੀ ਦਾ ਚਿਹਰਾ ਕੋਈ ਫੈਸਲਾ ਹੋਇਆ? ਜੋ ਪਾਰਟੀ ਹਾਈ ਕਮਾਂਡ ਕਹੂਗੀ ਸਾਡੇ ਵਾਸਤੇ ਤਾਂ ਹਰ ਸਾਡਾ ਵੋਟਰ ਹੈ ਉਹ ਮੁੱਖ ਮੰਤਰੀ ਦਾ ਚਿਹਰਾ ਹੈ, ਸਾਡੇ ਵਾਸਤੇ ਆ ਸੰਜੇ ਚੌਹਾਨ ਵੀ ਚਿਹਰਾ ਹੈ, ਸਾਡੇ ਵਾਸਤੇ ਮਨਪ੍ਰੀਤ ਵੀ ਚਿਹਰਾ ਹੈ, ਸਾਡੇ ਵਾਸਤੇ ਹਰ ਇੱਕ ਵਰਕਰ ਸਾਡਾ ਚਿਹਰਾ ਹੈ। ਜੋ ਪਾਰਟੀ ਦਊਗੀ ਉਹ ਸੋਚ ਸਮਝ ਕੇ ਦਊਗੀ।